ਤੋਂ ਬਾਅਦ ਸਰਕਾਰ ਨੇ ਮੈਨੂੰ ਇਹ ਹਦਾਇਤ ਕੀਤੀ, ਸਿੱਖਿਆ ਵਿਭਾਗ ਨੇ ਹਦਾਇਤ ਕੀਤੀ ਕਿ ਤੁਸੀਂ ਕੁਛ ਜਿਹੜੇ ਸਕੂਲ ਹੈ ਹੋਰ ਅਡੋਪਟ ਕਰੋ, ਕੁਛ ਸਕੂਲ ਗੋਦ ਲਓ ਜਿਨ੍ਹਾਂ ਨੂੰ ਕਿ ਥੋੜੀ ਬਹੁਤੀ ਸੇਧ ਦੇ ਕੇ ਥੋੜਾ ਬਹੁਤਾ ਨਾਲ ਲਾ ਕੇ ਹੋਰ ਇਹਨਾਂ ਨੂੰ ਅੱਗੇ ਲਿਜਾਇਆ ਜਾ ਸਕੇ। ਸੋ ਮੈਂ ਹਰ ਸਾਲ ਦੇ ਵਿੱਚ 2 ਜਾਂ 3 ਵਾਰ ਇੱਥੇ ਵਿਜ਼ਿਟ ਕਰਦੀ ਹਾਂ। ਮੈਂ 5 ਸਕੂਲ ਅਡੋਪਟ ਕੀਤੇ ਹੋਏ ਹੈ ਤੇ ਉਹਨਾਂ ਵਿੱਚੋਂ ਬੈਰਾਪੁਰ ਵੀ ਇੱਕ ਸਕੂਲ ਹੈ ਔਰ ਸਾਡਾ ਸੁਹਾਣੇ ਸਕੂਲ ਦਾ ਕੰਪਲੈਕਸ ਸਕੂਲ ਵੀ ਹੈ ਤੇ ਇਸ ਲਈ ਮੈਨੂੰ ਇਹ ਜਿਹੜੇ ਗੰਨੇ ਮੁੰਨੇ ਆ ਬਹੁਤ ਹੀ ਪਿਆਰੇ ਲੱਗਦੇ ਆ। ਮੈਂ ਅਕਸਰ ਇਹਨਾਂ ਕੋਲ ਆ ਕੇ ਇਹਨਾਂ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੀ ਰਹੀ ਹਾਂ। ਸੋ ਅੱਜ ਮੈਂ ਬੱਚਿਆਂ ਨੂੰ ਇਹ ਕਹਿਣ ਲਈ ਲੈ ਕੇ ਆਈ ਸੀ ਕਿ ਪ੍ਰੀਖਿਆ ਜਿਹੜੀਆਂ ਹੈ ਸਿਰ ਤੇ ਹੈ ਤੇ ਉਹਨਾਂ ਦੇ ਵਿੱਚ ਕਿਵੇਂ ਬੱਚਿਆਂ ਨੇ ਉਸ ਤੋਂ ਪਹਿਲਾਂ ਤਿਆਰੀ ਕਰਨੀ ਹੈ, ਪਰ ਮੈਨੂੰ ਇਹ ਲੱਗਾ ਕਿ ਉਸ ਤੋਂ ਪਹਿਲਾਂ ਮੈਂ ਮਾਪੇ ਜਿਹੜੇ ਅੱਜ ਮੌਜੂਦ ਹਨ, ਲੱਕੀ ਵੀ ਮੈਨੂੰ ਇਹ ਮਾਪੇ ਜਿਹੜੇ ਆ ਮਿਲਦੇ ਆ, ਆਮ ਤੌਰ ਤੇ ਤਾਂ ਮੈਂ ਆਉਂਦੀ ਹਾਂ ਤਾਂ ਬੱਚਿਆਂ ਨਾਲ ਹੀ ਮੁਖਾਤਿਬ ਹੁੰਦੀ ਹਾਂ। ਸੋ ਮਾਪੇ ਮਿਲਦੇ ਆ, ਮੈਂ ਦੱਸਣਾ ਚਾਹਾਂਗੀ ਕਿ ਇਹਨਾਂ ਅਧਿਆਪਕਾਂ ਦੀ ਮਿਹਨਤ ਦੇ ਸਦਕਾ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਨੇ ਇਸ ਸਕੂਲ ਅੰਗਰੇਜ਼ੀ ਮੀਡੀਅਮ ਸਕੂਲ ਬਣਾ ਦਿੱਤਾ ਹੈ। ਇਹ ਬੜੇ ਮਾਣ ਵਾਲੀ ਗੱਲ ਹੈ ਤੇ ਸਰਪੰਚ ਸਾਹਿਬ ਦੋਨਾਂ ਦੀ ਔਰ ਇਹ ਕਿੱਥੇ ਗਈਆਂ ਬਾਕੀ ਇਹਨਾਂ ਸਭ ਦੇ ਯਤਨਾ ਸਦਕਾ ਹੀ ਇਸ ਸਕੂਲ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ ਔਰ ਇਹ ਮਾਣ ਨੂੰ ਵਧਾਉਣ ਲਈ ਮੈਂ ਤੁਹਾਨੂੰ ਆਪਣੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਦੇ ਤੌਰ ਤੇ ਗੁਜ਼ਾਰਿਸ਼ ਕਰਦੀ ਹਾਂ ਕਿ ਤੁਸੀਂ ਆਪਣੇ ਬੱਚੇ ਜਿਹੜੇ ਹੈ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਭੇਜਣੇ, ਇਹ ਸਰਕਾਰੀ ਸਕੂਲ ਤੁਹਾਡੇ ਆਪਣੇ ਸਕੂਲ ਨੇ, ਇਹ ਕੋਈ ਤੁਹਾਡੀਆਂ ਜੇਬਾਂ ਖਾਲੀ ਨਹੀਂ ਕਰਦੇ। ਸਿੱਖਿਆ ਦਾ ਮਿਆਰ ਤੁਸੀਂ ਦੇਖ ਹੀ ਰਹੇ ਹੋ, ਵਰਦੀਆਂ ਖਾਣਾ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਸਭ ਕੁਝ ਮਿਲ ਰਿਹਾ ਹੈ, ਇੰਨੇ ਅੱਛੇ। ਔਰ ਤੁਹਾਨੂੰ ਪਤਾ ਹੈ ਕਿ ਜਦੋਂ ਸਰਕਾਰੀ ਨੌਕਰੀ ਦੇ ਲਈ ਅਧਿਆਪਕ ਨੂੰ ਅਪੁਆਇੰਟ ਕੀਤਾ ਜਾਂਦਾ ਹੈ ਤਾਂ ਜਿਨ੍ਹਾਂ ਦੇ ਵੱਧ ਨੰਬਰ ਵੱਧ ਐਕਟੀਵਿਟੀਜ਼ ਸਾਰੇ ਪਾਸਿਓਂ ਜਿਹੜੇ ਅਧਿਆਪਕ ਪੂਰੇ ਹੁੰਦੇ ਆ ਉਹਨਾਂ ਨੂੰ ਰੱਖਿਆ ਜਾਂਦਾ ਹੈ ਔਰ ਬਾਕੀ ਜਿਹੜੇ ਅਧਿਆਪਕ ਹੈ ਜਾਂ ਜਿਹੜੇ ਉਸ ਕੋਰਸ ਲਈ ਆਏ ਹੈ ਉਹਨਾਂ ਨੂੰ ਨਹੀਂ ਰੱਖਿਆ ਜਾਂਦਾ ਕਿਉਂਕਿ ਉਹਨਾਂ ਦੇ ਨੰਬਰ ਘੱਟ ਹੈ ਜਾਂ ਕਿਸੇ ਪਾਸਿਓਂ ਪੂਰੇ ਹਨ। ਤਾਂ ਤੁਸੀਂ ਸੋਚ ਸਕਦੇ ਹੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਟੀਮ ਵਧੀਆ ਤੋਂ ਵਧੀਆ ਵੱਧ ਤੋਂ ਵੱਧ ਕੁਆਲੀਫਾਈਡ ਅਧਿਆਪਕ ਜਿਹੜੇ ਹੈ ਸਕੂਲਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਜਾਂਦੇ ਹੈ। ਇਸ ਲਈ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਨਾ ਪਾਉਂਦੇ ਹੋਏ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਸਕੂਲ ਦੀ ਸਟਰੈਂਥ ਜਿੰਨੀ ਤੁਸੀਂ ਵਧਾਓਗੇ, ਜਿੰਨੇ ਬੱਚੇ ਇਸ ਵਿੱਚ ਇਨਰੋਲ ਹੋਣਗੇ ਉਨੇ ਹੀ ਵੱਧ ਅਧਿਆਪਕ ਆਉਣਗੇ, ਉਨੇ ਹੀ ਵੱਧ ਗ੍ਰਾਂਟਾਂ ਆਉਣਗੀਆਂ, ਉਨਾ ਹੀ ਤੁਹਾਡਾ ਸਕੂਲ ਜਿਹੜਾ ਪਿੰਡ ਦਾ ਸਕੂਲ ਹੈ ਉਹ ਵਧੀਆ ਬਣੇਗਾ। ਹੋ ਸਕਦਾ ਜਿਹੜੇ ਅੱਜ ਬੱਚੇ ਸੁਹਾਣਾ ਸਕੂਲ ਚ ਜਾਂਦੇ 10ਵੀਂ ਤੱਕ ਪੜ੍ਹਨ ਲਈ ਜਾਂ 12ਵੀਂ ਤੱਕ, ਤੇ ਤੁਹਾਡੇ ਇੱਥੇ ਹੀ 10ਵੀਂ ਤੱਕ ਦਾ ਸਕੂਲ ਬਣਦੇ ਤੇ ਤੁਹਾਡੇ ਬੱਚਿਆਂ ਨੂੰ ਮੁਸ਼ਕਤ ਕਰਕੇ ਨਾ ਜਾਣਾ ਪਏ, ਠੀਕ ਹੈ ਜੀ। ਤੇ ਇਸ ਲਈ ਮੈਂ ਅਪੀਲ ਕਰਾਂਗੀ ਸਾਰੇ ਜਿਹੜੇ ਪੇਰੈਂਟਸ ਔਰ ਕਮੇਟੀ ਦੇ ਸਰਪੰਚ ਸਾਹਿਬਾਨ ਨੂੰ ਕਿ ਆਪਾਂ ਇਸ ਵਾਰ ਜ਼ੋਰ ਲਗਾ ਕੇ ਇਸ ਸਕੂਲ ਦੀ ਸਟਰੈਂਥ ਨੂੰ ਜਿਹੜਾ ਹੈ ਵਧਾਉਣਾ ਹੈ। ਮੈਨੂੰ ਵੀ ਕਿਤੇ ਵੀ ਤੁਹਾਨੂੰ ਕੰਪਲੇਂਟ ਦੀ ਲੋੜ ਪਏਗੀ ਨਾ ਜਾਣ ਦੀ, ਪਿੰਡ ਚ ਗਲੀ ਗਲੀ ਜਾਣ ਦੀ, ਤਾਂ ਮੈਂ ਹਰ ਵੇਲੇ ਤਿਆਰ ਹਾਂ ਤੇ ਤੁਸੀਂ ਮੈਨੂੰ ਇਹਨਾਂ ਮੈਡਮ ਤੋਂ ਫੋਨ ਕਰਾ ਦੇਣਾ ਸੁਹਾਣੇ ਸਕੂਲ ਚ ਕਿਸੇ ਵੀ ਤਰ੍ਹਾਂ, ਤਾਂ ਮੈਂ ਪਿੜੀ ਦੇ ਹੱਥ ਵੀ ਸੁਨੇਹਾ ਭੇਜ ਦੋਗੇ ਤਾਂ ਮੈਂ ਇੱਥੇ ਤੁਹਾਡੀ ਉਸ ਕੰਪਲੇਂਟ ਦੇ ਵਿੱਚ ਆ ਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਇਸ ਸਕੂਲ ਨੂੰ ਉੱਚਾ ਚੁੱਕਣ ਲਈ, ਇਸ ਸਕੂਲ ਦਾ ਮਾਣ ਵਧਾਉਣ ਲਈ ਮੈਂ ਹਮੇਸ਼ਾ ਤੁਹਾਡੇ ਨਾਲ ਖੜੀ ਹਾਂ।